ਹਲਕਾ ਤਰਨ ਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਸ਼ਹਿਰ 'ਚ ਡੋਰ ਟੂ ਡੋਰ ਰੋਡ ਸ਼ੋਅ ਕੱਢਿਆ ਗਿਆ, ਜਿਸ ਦੌਰਾਨ ਸਰਦਾਰ ਸੰਧੂ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਦੁਕਾਨਦਾਰਾਂ ਨੂੰ ਮਿਲੇ। ਇਸ ਮੌਕੇ ਲੋਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਰੋਪੇ ਪਾ ਕੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਇਹ ਸਭ ਹਲਕੇ ਦੇ ਵਿਕਾਸ, ਜੋ ਗੁਰੂ ਨਗਰੀ ਦੇ ਲੋਕ ਸਾਡੇ ਹੱਕ 'ਚ ਫਤਵੇ ਲਈ ਤਿਆਰ ਹੋ ਕੇ ਇੱਕ ਤਰਫਾ ਦਿਖਾਈ ਦੇ ਰਹੇ ਹਨ। ਦੇਖੋ ਤੁਸੀਂ ਅੱਜ ਆਪ ਹੀ ਵੇਖ ਰਹੇ ਹੋ, ਸਮੁੱਚੇ ਤੌਰ 'ਤੇ ਸ਼ਹਿਰ ਨੇ ਫੈਸਲਾ ਕਰ ਚੁੱਕੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਉਹਨਾਂ ਦੇ ਉੱਤੇ ਮੋਹਰ ਲਾਉਣੀ ਆ। ਅੱਜ ਇਹ ਡਿਵੈਲਪਮੈਂਟ ਕਰਕੇ ਅੱਜ ਸ਼ਹਿਰ ਸਾਰਾ ਇੱਕ ਤਰਫਾ ਹੋ ਕੇ ਚੱਲਿਆ ਆ, ਕਿਉਂਕਿ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਨੇ ਜਿਹੜੇ ਇੱਥੇ ਕੰਮ ਕਰਾਏ ਨੇ, ਡਿਵੈਲਪਮੈਂਟ ਕਰਾਈ ਆ ਬਹੁਤ ਵੱਡੀ ਜੰਗੀ ਪੱਧਰ 'ਤੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਦੀ ਡਿਵੈਲਪਮੈਂਟ ਹੋਈ ਆ, ਉਹਦੇ ਇਹ ਉਹਦਾ ਨਤੀਜਾ ਆ ਕਿ ਅੱਜ ਸ਼ਹਿਰ ਜਿਹੜਾ ਤਗੜਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਜਿੱਤ। ਬਿਊਰੋ ਰਿਪੋਰਟ, ਮਿਲਾਪ ਨਿਊਜ਼, ਤਰਨ ਤਾਰਨ।